खाक मिला के रोदे बिच आया चढ़ के छड़ा मैं खाक मिला के और रोल दूंगी पारेण मैं तेरे वे मुड़ मगर खालसा खादे मारे मार के बथेरे वे मुड़ मगर खालसा खादे मारे मार के बथेरे वे मुड़ मगर खालसा पुत्र हां कल की तार दे रण विच ना सिरक हार दे पुत्र हां कल की तार दे रण विच ना सिरक हार दे रस्ते जो हट जा पासे सिंह ना बचन हार दे रस्ते जो हट जा पासे सिंह ना बचन हार दे पैर पिछे नहीं पर दोना एना रोक होनी है कीता होया पर ने वोना एना रोक होनी है कीता होया पर ने वोना एना रोक होनी है मारते रावण वर्गे अर्जुन जे पानी भरते बड़े अखवाण सूर में सारे है मैथों डरते बड़े अखवाण सूर में सारे है मैथों डरते ओ काल बाण कंस जैसे घेरे वे मुड़ मगर खालसा खादे मारे मार के बथेरे वे मुड़ मगर खालसा खादे मारे मार के बथेरे वे मुड़ मगर खालसा हो सिंह ने फिर पुकारिया आया मैं क्यों भगत मारिया तेग दी तेग तार जो खालसे जन्म तारिया भगत मारिया तेग दी तेज तार जो खाल से जन्म तारिया तेग दी तेग तार जो खाल से जन्म तारिया गुरु कर मुक्त करोना इना रोक होनी है कीता होया पर ने बोना इना रोक होनी है कीता होया पर ने बोना इना रोक होनी है कदे सूर में पीछे ना हट देने होगाने कुटा दे बानु शहीदियां दे देखा चुक मैदान बिच डट देने ओ झंडा देश आजादी दा करनी उच्चा ते गलो संगल गुलामी दे कट देने ओ देश धर्म दे धर्म ते
गुलशन जस जहान जो खट दे ने गुलशन जस जहान जो खट दे ने छड़िया कोई फली पीर ना बादशाह ते फकीर ना मारे हर नक्श वर्गे जिउंदा कोई रिहा अमीर ना मारे हर नक्श वर्गे जिउंदा कोई रिहा अमीर ना ओ चलना ना जोर मूरे मेरे वे मुड़ मगर खालसा कद मारे मार के बथेरे वे मुड़ मगर खालसा कद मारे मार के बथेरे वे मुड़ मगर खालसा अमृतसर में रोकना गुलशन मैनू पहुंचना अमृतसर में बेटा जाके शीश में चढ़ाउणा ए ना रोक होनी है कीता होया पर नेने बोणा ए ना रोक होनी है ओ खत मार मार के बथेरे बे मुड़ मगर खालसा कीता होया पर नेने बोणा ए ना रोक होनी है ओ खत मार मार के बथेरे बे मुड़ मगर खालसा कीता होया पर नेने बोणा ए ना रोक होनी है ਅਸੀਂ ਤੁਰਿਆ ਰੱਖ ਕੇ ਉਹ ਟਿੱਕੋ ਦਲ ਭੰਜਨ ਗੁਰਸੂਰਮੇ ਬਲੀ ਉੱਤੇ ਸਾਨੂੰ ਲੋੜ ਨਹੀਂ ਸ਼ਕਤੀ ਪਦਾਰਥਾਂ ਦੀ ਸਾਨੂੰ ਸਬਰ ਹੈ ਲੂਣ ਦੀ ਡਲੀ ਉੱਤੇ ਸਾਡੀ ਚਾਲ ਨਰਾਲੀ ਨੂੰ ਜੱਗ ਜਾਣੇ ਅਸੀਂ ਸਾਡੀ ਚਾਲ ਨਰਾਲੀ ਨੂੰ ਜੱਗ ਜਾਣੇ ਅਸੀਂ ਫੜੇ ਨੇ ਗੁੰਛਿਆ ਰਾਹ ਵੱਖਰੇ ਅਸੀਂ ਤੇਗ ਦੀ ਧਾਰ ਕੇ ਤੇ ਬੈਠ ਕੇ ਕਰਨੇ ਮੌਤ ਦੇ ਨਾਲ ਵਿਆਹ ਵੱਖਰੇ ਜਮਾਲ ਖਾਂ ਡਿੱਗਿਆ ਸਾਧ ਸੰਗਤ ਧਰਤੀ ਦੇ ਉੱਤੇ ਉਹਦੀ ਲੋਥ ਡਿੱਗੀ ਅੱਧੀ ਮੁਗਲਾਂ ਦੀ ਫੌਜ ਭੱਜਦੀ ਜਾਂਦੀ ਆ ਆਇਆ ਅਣਖੀਲੀ ਮਰਦ ਪਠਾਣ ਦਾ ਮਾਜ ਆਇਆ ਸਾਧ ਸੰਗਤ ਜ਼ਬਰਦਸਤ ਖਾਂ ਆ ਨਾਂ ਸੀ ਜਿਹੜੇ ਲੜਨ ਆਉਂਦੇ ਸੀ ਅਸੀਂ ਤਾਂ ਆਪਣੇ ਪੁੱਤਰਾਂ ਧੀਆਂ ਦੇ ਨਾਂ ਵੀ ਉਹੋ ਜਿਹੇ ਰੱਖਣੇ ਭੁੱਲ ਗਏ ਜਿਹੋ ਜਿਹੇ ਸ਼ਹੀਦਾਂ ਦੇ ਆਇਆ ਮੂਰੇ ਜ਼ਬਰਦਸਤ ਖਾਂ ਆਇਆ ਮੂਰੇ ਤੰਦਰੁਸਤ ਖਾਂ ਆਇਆ ਮੂਰੇ ਅਤਾ ਉੱਲਾ ਖਾਂ ਆਇਆ ਮੁਤਰੇ ਨਸਾਬ ਦੁੱਲਾ ਖਾਂ ਸਾਧ ਸੰਗਤ ਇੱਧਰ ਜਦੋਂ ਛੱਡਿਆ ਨਾ ਸਿੰਘਾਂ ਨੇ ਸਤਿ ਸ਼੍ਰੀ ਅਕਾਲ ਦਾ ਜਕਾਰਾ ਤੰਦਰੁਸਤ ਖਾਂ ਬਾਬਾ ਦੀਪ ਸਿੰਘ ਨੂੰ ਮੰਗਾਰਦਾ ਆਇਆ ਘੋੜੇ ਤੇ ਚੜ ਕੇ ਸਰਦਾਰ ਦਿਆਲ ਸਿੰਘ ਉਹਨੇ ਪੱਟ ਕੇ ਮਾਰੀ ਲਾਗੜੀ ਤੰਦਰੁਸਤ ਖਾਂ ਦੇ ਧਰਤੀ ਤੇ ਢੇਰ ਕੀਤਾ ਜ਼ਬਰਦਸਤ ਖਾਂ ਮੂਰੇ ਬੰਗਾਰਦਾ ਹੈ ਤੇ ਜਿਹਨੇ ਪਾਪੀ ਨੇ ਕਰਮ ਕਮਾਇਆ ਉਹ ਦਰਬਾਰ ਸਾਹਿਬ ਦੇ ਲਾਗੇ ਫੌਜਾਂ ਦਾ ਕਮਾਂਡਰ ਬਣ ਕੇ ਖੜਾ ਕੌਣ ਅਹਿਮਦ ਸ਼ਾਹ ਅਬਦਾਲੀ ਦਾ ਜਰਨੈਲ ਜਹਾਨ ਖਾਂ ਉਹਦਾ ਪੁੱਤਰ ਤੈਮੂਰ ਸ਼ਾਹ ਤੇ ਸਾਧ ਸੰਗਤ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਗੜ ਵਾਲੇ ਦੀ ਇੱਕ ਕਿਤਾਬ ਹੈ ਅਬਦਾਲੀ ਸਿੱਖ ਤੇ ਵੱਡਾ ਘੱਲੂਕਾਰਾ ਉਹਨੇ ਤਿੰਨ ਗੱਲਾਂ ਬਹੁਤ ਪਿਆਰੀਆਂ ਲਿਖੀਆਂ ਨੇ ਪਹਿਲੀ ਕਹਿੰਦਾ ਪੰਜਾਬ ਪੰਜਾਬੀਆਂ ਤੇ ਸਿੰਘਾਂ ਦੀ ਸ਼ਾਨ ਹੈ ਤੇ ਬਾਹਰੋਂ ਆਉਣ ਵਾਲੇ ਹਮਲਾਵਰ ਤੇ ਧਾੜਵੀਆਂ ਲਈ ਪੰਜਾਬ ਅੱਜ ਵੀ ਕਬਰਸਤਾਨ ਹੈ ਅੱਜ ਵੀ ਕੋਈ ਹੀਆ ਕਰ ਜਾਵੇ ਅੱਜ ਵੀ ਪੰਜਾਬ ਉਹਨਾਂ ਲਈ ਕਬਰਸਤਾਨ ਹੈ ਦੂਜੀ ਗੱਲ ਕਹੀ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਗੜ ਵਾਲਿਆਂ ਨੇ ਉਹ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਆਏ ਤਾਂ ਅੰਗੂਰੀਆਂ ਚੀਰਦੇ ਸੀ ਅੰਗੂਰਾਂ ਨੂੰ ਵੱਢਦੇ ਆਉਂਦੇ ਆ ਮਾੜੀ ਕਿਸਮਤ ਜਦੋਂ ਵਾਪਸ ਆਪਣੇ ਦੇਸ਼ ਕਾਬਲ ਕੰਧਾਰ ਨੂੰ ਜਾਣਾ ਪਿਆ ਮੂਰੇ ਸ਼ੇਰ ਚੀਤਿਆਂ ਦੀ ਜੂ ਟੱਕਰ ਗਈ ਤੇ ਸ਼ੇਰ ਚੀਤਿਆਂ ਦੀ ਜੂ ਪੰਜਾਬ ਨੂੰ ਕਹਿੰਦੇ ਨੇ ਤੇ ਤੀਜੀ ਗੱਲ ਲਿਖਦਾ ਪ੍ਰਿੰਸੀਪਲ ਸਵਰਨ ਸਿੰਘ ਚੂਸੜੇ ਗੱਲ ਵਾਲਾ ਅਬਦਾਲੀ ਸਿੱਖ ਤੇ ਵੱਡਾ ਘੱਲੂਕਾਰਾ ਕਿਤਾਬ 'ਚ ਲਿਖੀ ਹੈ 450 ਰੁਪਏ ਦੀ ਕਿਤਾਬ ਹੈ 350 ਰੁਪਇਆ ਰੇਟ ਹੈ ਤੇ 2500 ਦੀ ਸ਼ਰਟ ਪਾ ਜਾਂਦਾ ਸਿੱਖਾਂ ਦਾ ਪੁੱਤ 1.5 ਲੱਖ ਦੇ ਫੋਨ ਚੱਕੀ ਫਿਰਦਾ 350 ਦੀ ਕਿਤਾਬ ਨਹੀਂ ਲੈ ਕੇ ਪੜ੍ਹਦਾ ਆ ਤੀਜੀ ਗੱਲ ਲਿਖਦਾ ਹੈ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਦਾ ਸੁਪਨਾ ਸੀ ਕਿ ਪੰਜਾਬ ਕੱਟ ਕੇ ਅਫਗਾਨਿਸਤਾਨ ਨਾਲ ਮਿਲਾਉਣਾ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਸੁਪਨਾ ਨਹੀਂ ਪੂਰਾ ਹੋਣ ਦਿੱਤਾ ਤੇ ਪੂਰਾ ਹੁਣ ਵੀ ਨਹੀਂ ਹੋਣ ਦਿੱਤੇ ਤੂੰ ਢਾ ਜਾਵੇ ਦਰਬਾਰ ਸਾਹਿਬ ਤੇਰਾ ਪੁੱਤ ਢਾ ਜਾਵੇ ਦਰਬਾਰ ਸਾਹਿਬ ਤੇਰਾ ਜਰਨੈਲ ਸਰੋਵਰ ਟੂਟ ਕੇ ਤੇ ਉਹਦੇ ਵਿੱਚ ਬੀਜ ਦੇ ਚੌਂਕ ਤੇ ਚਰੀਆਂ ਤੇ ਬਾਜਰਾ ਹਲੇ ਖਾਲਸਾ ਜਿਉਂਦਾ ਉਧਰ ਜਮਾਲ ਖਾਂ ਡਿੱਗਿਆ ਧਰਤੀ ਦੇ ਇੱਧਰ ਫੌਜਾਂ 'ਚ ਭਾਜੜ ਪੈ ਗਈ ਉਹ ਕਹਿੰਦੇ ਭੱਜੀ ਕਾਹਨੂੰ ਜਾਂਦੇ ਹੋ ਜ਼ਬਰਦਸਤ ਖਾਂ ਪੁੱਛਦਾ ਕਹਿਣ ਲੱਗਿਆ ਭੱਜਣ ਕੌਣ ਲੱਗੇ ਅਤਾ ਉੱਲਾ ਖਾਂ ਉਹ ਕਹਿੰਦਾ ਜਿਉਂਦਿਆਂ ਦਾ ਤਾਂ ਲੜੀਏ ਮਰੇ ਉਹ ਠੁੱਟ ਕੇ ਆਉਂਦੇ ਫਿਰਦੇ ਨੇ
ਆਉਂਦਾ ਜਰਨੈਲ ਅਨੋਖਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਆਉਂਦਾ ਦਮਦਮਾ ਸਾਹਿਬ ਦਾ ਜਥੇਦਾਰ ਬਾਬਾ ਦੀਪ ਸਿੰਘ ਆਉਂਦਾ ਤਰਨੇ ਦਲ ਦਾ ਜਥੇਦਾਰ ਬਾਬਾ ਦੀਪ ਸਿੰਘ ਆਉਂਦਾ ਸ਼ਹੀਦ ਮਿਸਲ ਦਾ ਜਥੇਦਾਰ ਬਾਬਾ ਦੀਪ ਸਿੰਘ ਆਉਂਦਾ ਸਰਬੱਤ ਖਾਲਸੇ ਦਾ ਜਥੇਦਾਰ ਬਾਬਾ ਦੀਪ ਸਿੰਘ ਆਉਂਦਾ ਦੁਆਬੇ ਦਾ ਜਥੇਦਾਰ ਬਾਬਾ ਦੀਪ ਸਿੰਘ ਆਉਂਦਾ ਮਾਝੇ ਦਾ ਜਥੇਦਾਰ ਬਾਬਾ ਦੀਪ ਸਿੰਘ ਆਉਂਦਾ ਮਾਲਵੇ ਦਾ ਜਥੇਦਾਰ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਦੇ ਹੱਥ ਦੇ ਵਿੱਚ ਦੋ ਧਾਰਾ ਖੰਡਾ ਸਾਹਮਣੇ ਅਮਾਨ ਖਾਨ ਦੀ ਫੌਜ ਜਹਾਨ ਖਾਨ ਦੀ ਫੌਜ ਅਤਾਉਲਾ ਖਾਨ ਨੇ ਸਾਧ ਸੰਗਤ ਹੁਣ ਉਹਨੂੰ ਬੰਗਾਰਿਆ ਜਿਹਨੇ ਮੌਤ ਤੇ ਫਤਿਹ ਕੀਤੀ ਆ ਧੰਨ ਧੰਨ ਬਾਬਾ ਸਿੰਘ ਦੀਪ ਸਿੰਘ ਨੂੰ ਜਦੋਂ ਬੰਗਾਰਿਆ ਸਾਧ ਸੰਗਤ ਉਹਨੇ ਪੜਿਆ ਦੁਕਾਲੰਕ ਪ੍ਰਨਾਸੀ ਦਿਆਲੰਕ ਸਰੂਪੇ ਸਦਾ ਅੰਗ ਸੰਗੇ ਔਰ ਭੰਗੰਗ ਵੀ ਪੂਤੇ ਧੰਨ ਧੰਨ ਬਾਬਾ ਦੀਪ ਸਿੰਘ ਦੀ ਦਿਲ ਦੀ ਦੇਗਲਾ ਲਹੂ ਗੜਕਿਆ ਉਹਦੇ ਡੋਲੇ ਫੜਕੇ ਉਹਦਾ ਖੂਨ ਡਬਲ ਸਪੀਡ ਦਾ ਦੌੜਿਆ ਉਹਦੇ ਨੇਤਰ ਹੋਏ ਲਾਲ ਉਹਦੇ ਮੱਥੇ ਤੇ ਪਈਆਂ ਅਣਖ ਦੀਆਂ ਤੋੜੀਆਂ ਉਹਨੇ ਛੱਡ ਕੇ ਸਤਿ ਸ੍ਰੀ ਅਕਾਲ ਦਾ ਜਕਾਰਾ ਅਮਾਨ ਖਾਨ ਜਹਾਨ ਖਾਨ ਅਤਾਉਲਾ ਖਾਨ ਨਿਆਮਤਉਲਾ ਖਾਨ ਨਜੀਬਉਲਾ ਖਾਨ ਉਹ ਦਰਬਾਰ ਸਾਹਿਬ ਦੇ ਲਾਗੇ ਪ੍ਰਕਰਮਾ ਦੇ ਕੋਲੇ ਸਾਂਝਾ ਤੇ ਕਰਾਰਾ ਵਾ ਰਹੇ ਦੀਪ ਸਿੰਘ ਸ਼ੇਰ ਵਾਂਗ ਗੱਜ ਕੇ ਬਾਬਾ ਦੀਪ ਸਿੰਘ ਸ਼ੇਰ ਵਾਂਗ ਗੱਜ ਕੇ ਓ ਪਾਪੀ ਖੰਦ ਪਿਆਲ ਲਗਾਰੇ ਓਦੇ ਮੱਥੇ ਉੱਤੇ ਲਾਲੀ ਭੜਕਦੀ ਬਦਲ
सिर दोहां दे तड़ां तो लथ गए, दोहां दे तड़ां तो लथ गए। बाबा करे हा खून रण विचकार, खबे हाथ रख शीश दीप सिंह ने, हाथ रख शीश दीप सिंह ने, सच्चे नाल वाहे खंडा सरदार। ਜਿੱਥੇ ਮੁੱਕਦੀ ਮਜਨੂੰ ਰਾਂਝਾ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ, ਸਾਡੇ ਲੜਦਿਆਂ ਲੜਦਿਆਂ ਸਿਰ ਲੈ